ਜੋ 13 ਤਰੀਕ ਦਾ ਮਾਹੌਲ ਸੀ ਉਹ ਵੀ ਚੱਲਿਆ ਅਥਰੂ ਗੈਸ ਤੇ ਗੋਲੇ ਵੱਜੇ ਗੋਲੀਆਂ ਵੱਜੀਆਂ ਉਹ ਪਲਾਸਟਿਕ ਦੀਆਂ ਸੀ ਉਹ ਪਤਲ ਦੀਆਂ ਹੋਣ ਤੇ ਰਾਤ ਬਰਸਾਤ ਵੀ ਹੋਈ ਇਹੋ ਤੱਕ ਪਤਾ ਲੱਗਾ ਕਿ ਕੁਝ ਇਲਾਕਿਆਂ ਦੇ ਵਿੱਚ ਗੜੇ ਮਾਰੀ ਵੀ ਹੋਈ ਆ ਕਿਸਾਨਾਂ ਨੇ ਉਹ ਵੀ ਚੱਲੀ ਕਿਉਂਕਿ ਕਿਸਾਨ ਜਦੋਂ ਪੈੜੀਆਂ ਦੇ ਵਿੱਚ ਜਾਂਦਾ ਤੇ ਸੱਪਾਂ ਦੇ ਸਿਰਿਆਂ ਦੇ ਮਿੱਧ ਕੇ ਕਹਿੰਦੇ ਅੰਨ ਭੰਡਾਰ ਪੈਦਾ ਕਰਦਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਇੱਕ ਦਾਤਾ ਸੀ ਉਸ ਆਕਾਲਪੁਰਖ ਨੂੰ ਕਹਿੰਦੇ ਆ ਜਿਹੜਾ ਸਾਨੂੰ ਦਾਤਾ ਦਿੰਦਾ ਜਿਤਕੋਸੀਂ ਦਾਤਾ ਮੰਗਦੇ ਆ ਥੱਕਦੇ ਹੀ ਨਹੀਂ ਤੇ ਇੱਕ ਦਾਤਾ ਇਸ ਧਰਤੀ ਤੇ ਆ ਜਿਹਨੂੰ ਅਨਦਾਤਾ ਕਿਹਾ ਜਾਂਦਾ ਤੇ ਜਦੋਂ ਅਨਦਾਤਾ ਸੜਕਾਂ ਤੇ ਆਉਂਦਾ ਤੇ ਫਿਰ ਉਹਨਾਂ ਦੇ ਨਾਲ ਲੋਕਾਈ ਇਕੱਠੀ ਹੋ ਜਾਂਦੀ ਆ ਫਿਰ ਉਹਨਾਂ ਨਾਲ ਆਮ ਲੋਕ ਬੁੱਧੀਜੀਵੀ ਚਿੰਤਕ ਸਾਰੇ ਆ ਜਾਂਦੇ ਆ ਤੇ ਉਹਦਾ ਸੰਘਰਸ਼ ਜਿਹੜਾ ਹੈਗਾ ਵਾ ਉਹਨੂੰ ਫਿਰ ਬਲ ਮਿਲਦਾ ਅੱਜ ਦੀ ਜੇ ਗੱਲ ਕਰੀਏ ਤੇ ਅੱਜ 7ਵਾਂ ਦਿਨ ਸੰਘਰਸ਼ ਨੂੰ ਚੱਲਦਿਆਂ ਹੋਇਆਂ ਨੂੰ ਤੇ ਲੋਕ ਤੇ ਘਰਾਂ ਤੋਂ ਦੋ ਦਿਨ ਪਹਿਲਾਂ ਦੇ ਨਿਕਲੇ ਹੋਏ ਆ 9 ਤੋਂ 10 ਦਿਨ ਘਰਾਂ ਤੋਂ ਨਿਕਲਿਆ ਨੂੰ ਹੋ ਗਏ ਆ ਤੇ ਉਸ ਸੰਘਰਸ਼ ਨੂੰ ਜਿੱਥੇ ਬੀਬੀਆਂ ਭੈਣਾਂ ਵੱਲੋਂ ਬਲ ਮਿਲਿਆ ਪਹੁੰਚਦੀਆਂ ਉਹ ਜਿੱਥੇ ਛੋਟੇ ਛੋਟੇ ਬੱਚੀਆਂ ਪਹੁੰਚੀਆਂ ਉੱਥੇ ਪ੍ਰਸ਼ਾਦਾ ਦੇ ਪਾਣੀ ਦੇ ਲੰਗਰ ਸਿੱਖ ਸੰਸਥਾਵਾਂ ਉੱਥੇ ਪਹੁੰਚ ਰਹੀਆਂ ਤੇ ਕੁਝ ਮੀਡੀਆ ਘਰਾਣੇ ਕੁਝ ਮੀਡੀਆ ਘਰਾਣਾ ਤੇ ਜਿਹੜਾ ਦੂਜੇ ਪਾਸੇ ਦਾ ਵਾ ਜੇ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਤੇ ਉਹ ਸਰਕਾਰ ਪੱਖ ਹੀ ਭੁਗਤ ਰਿਆ ਪਰ ਮੀਡੀਆ ਦਾ ਜੋ ਫਰਜ਼ ਹੁੰਦਾ ਵਾ ਸਰਕਾਰ ਪੱਖ ਵੀ ਰੱਖੇ ਤੇ ਉਹ ਆਮ ਲੋਕਾਂ ਦਾ ਪੱਖ ਵੀ ਰੱਖੇ ਉਹ ਕਿਸਾਨਾਂ ਦਾ ਪੱਖ ਵੀ ਰੱਖੇ ਅੱਜ ਸਾਡੇ ਨਾਲ ਇਹ ਸਿੱਖ ਚਿੰਤਕ ਵੀ ਕਹਿ ਸਕਦੇ ਆ ਬੁੱਧੀਜੀਵੀ ਵੀ ਕਹਿ ਸਕਦੇ ਆ ਰਾਜ ਬੀਰ ਕੌਰ ਰਾਜਵੰਤ ਕੌਰ ਜੀ ਰਾਜਵੰਤ ਕੌਰ ਰਾਜ ਤੁਸੀਂ ਪਹਿਲਾਂ ਵੀ ਅਕਾਲ ਚਲਨ ਦੇ ਮਾਧਮੇ ਦੇਖਿਆ ਹੋਵੇਗਾ ਕਿ ਜਦੋਂ ਕਿਸਾਨੀ ਸੰਘਰਸ਼ ਨੂੰ ਬੂਰ ਪਿਆ ਸੀ ਤੇ ਉਸ ਤੋਂ ਬਾਅਦ ਜਾ ਵਾਪਸੀ ਹੋਈ ਤੇ ਅਸੀਂ ਰਾਜਪੁਰੇ ਦੇ ਲਾਗੇ ਖੜੇ ਸੀ ਤੇ ਅਚਾਨਕ ਸਾਡੇ ਮੇਲ ਮਲਾਪ ਹੁੰਦੇ ਆ ਤੇ ਜਦੋਂ ਗੱਲਬਾਤ ਕਰਦੇ ਆ ਤੇ ਭੰਡਾਰ ਸੀ ਰਾਜਵੰਤ ਕੌਰ ਜੀ ਕੋਲ ਕਿ ਉਹ ਭੰਡਾਰ ਦੇ ਵਿੱਚੋਂ ਤੁਹਾਡੇ ਰੂਬਰੂ ਗੱਲਬਾਤਾਂ ਕੀਤੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮਿਲਣੀ ਹੋਈ ਸਾਡੀ ਕੁਝ ਦਿਨ ਪਹਿਲਾਂ ਸ਼ੰਭੂ ਬਾਰਡਰ ਤੇ ਤੇ ਕੁਦਰਤੀ ਹੋਇਆ ਕਿ ਮੌਕੇ ਨਹੀਂ ਮਿਲਿਆ ਗੱਲਬਾਤ ਕਰਨ ਦਾ ਤੇ ਅੱਜ ਫੇਰ ਸਾਡੇ ਨਾਲ ਆ ਗੁਰਫਤੇ ਸੰਚ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੁਬਾਰਾ ਰਾਜੀਰਾ ਸਟਾਰਟ ਹੋ ਗਿਆ ਸੰਘਰਸ਼ ਨੂੰ ਕਿਵੇਂ ਵੇਖਦੇ ਆ ਤੁਸੀਂ ਇਹ ਸੰਘਰਸ਼ ਸਰਕਾਰ ਦੀਆਂ ਨੀਤੀਆਂ ਦੇ ਕਰਕੇ ਪੋਸੀਬਲ ਹੋ ਸਕਿਆ ਕਿਉਂਕਿ ਉਹ ਪਿਛਲੇ ਕਿਸਾਨੀ ਸੰਘਰਸ਼ ਦੇ ਵਿੱਚੋਂ ਮੰਗਾ ਮੰਨ ਕੇ ਵਾਅਦੇ ਕਰਕੇ ਵਾਅਦੇ ਕਰਕੇ ਮੁੱਕ ਗਈ ਤੇ ਲਗਭਗ ਡੇਢ ਸਾਲ ਦਾ ਸਮਾਂ ਸਾਡੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਦਿੱਤਾ ਟੇਬਲ ਟॉक ਤੇ ਔਨਲਈ ਵੀ ਸੱਦੇ ਦਿੱਤੇ ਗਏ ਪਰ ਜਦੋਂ ਕੋਈ ਚਾਰਾ ਨਹੀਂ ਚੱਲਿਆ ਤਾਂ ਫਿਰ ਇਹ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਵਿਰੁੱਧ ਆਪਾਂ ਇਹਨਾਂ ਵਾਅਦਿਆਂ ਨੂੰ ਸਿਰਫ ਸੰਘਰਸ਼ ਤੇ ਰਾਤ ਤੇ ਚੱਲ ਕੇ ਹੀ ਪੂਰੇ ਇਹਨਾਂ ਤੋਂ ਲੈ ਸਕਦੇ ਆ ਆਪਣੀਆਂ ਮੰਗਾਂ ਮਨਵਾ ਸਕਦੇ ਆ ਤੇ ਇਸ ਲਈ ਇਹ ਦੂਜਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਕੀ ਲੱਗਦਾ ਕਿ ਕਿਸਾਨ ਹੋਵੇ ਜਾਂ ਦੇਸ਼ ਦਾ ਨੌਜਵਾਨ ਆ ਉਹ ਸੜਕਾਂ ਤੇ ਆ ਕੇ ਕਿਸਾਨ ਜਾਂ ਨੌਜਵਾਨ ਜਿਹੜਾ ਉਹ ਸੰਘਰਸ਼ ਕਰੂਗਾ ਤੇ ਫਿਰ ਇਸ ਸਰਕਾਰਾਂ ਮੰਗਾਂ ਮੰਨਿਆ ਕਰਨਗੇ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਸੰਘਰਸ਼ ਕਰਨ ਦਾ ਅਧਿਕਾਰ ਤੇ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਨੂੰ ਆਪਣੀਆਂ ਜਾਇਜ਼ ਮੰਗਾਂ ਹੱਕੀ ਮੰਗਾਂ ਮਨਵਾਉਣ ਦੇ ਲਈ ਸੜਕਾਂ ਤੇ ਆਉਣਾ ਪਏ ਜੇ ਇਹ ਸੜਕਾਂ ਤੇ ਆਉਣਾ ਪੈ ਰਿਹਾ ਤੇ ਸਾਡੇ ਮੰਦ ਭਾਗ ਹੈ ਸਾਡਾ ਕਹਿਣ ਨੂੰ ਸਾਡੇ ਪ੍ਰਧਾਨ ਮੰਤਰੀ ਸਾਡੇ ਇਸ ਲੋਕਤੰਤਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਨੇ ਪਰ ਉਸ ਲੋਕਤੰਤਰ ਦੇ ਵਿੱਚ ਜੇ ਲੋਕਾਂ ਨੂੰ ਸੜਕਾਂ ਤੇ ਆ ਕੇ ਆਪਣਾ ਬੱਚਿਆਂ ਦਾ ਆਪਣੀ ਜਾਨ ਮਾਲ ਦਾ ਆਪਣੀ ਪ੍ਰਾਪਰਟੀ ਦਾ ਨੁਕਸਾਨ ਕਰਵਾ ਕੇ ਹੀ ਮੰਗਾ ਮਨਾਉਣ ਵਾਸਤੇ ਸੰਘਰਸ਼ ਕਰਨੇ ਪੈਣੇ ਆ ਤੇ ਕੁਝ ਆਪਾਂ ਹਾਸਲ ਕਰਨਾ ਤੇ ਇਹ ਕੋਈ ਲੋਕਤੰਤਰ ਆਪਾਂ ਨੂੰ ਨਹੀਂ ਕਹਿ ਸਕਦੇ ਤੁਹਾਡੀ ਕਲਮ ਆ ਜੀ ਤੁਸੀਂ ਵੀ ਕਲਮ ਲਿਖਦੇ ਹੋ ਕੀ ਜਜ਼ਬਾਤ ਸਾਂਝੇ ਕਰਦੇ ਹੁੰਨੇ ਹੋ ਕਿਸਾਨਾਂ ਦੀ ਗੱਲ ਆਮ ਲੋਕਾਂ ਦੀ ਗੱਲ ਉਸ ਕਲਮ ਰਾਈ ਮੈਂ ਹਮੇਸ਼ਾ ਕਿਉਂਕਿ ਮੈਂ ਇੱਕ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੀ ਆ ਮੈਂ ਛੋਟੀ ਹੋਈ ਸੀ ਛੋਟੀ ਸੀ ਜਦੋਂ ਜੰਮੀ ਆ ਤੇ ਕਿਸਾਨ ਇੱਕ ਪਰਿਵਾਰ ਦੇ ਪਰਿਵਾਰ ਤੋਂ ਜੰਮੀ ਤੇ ਮੈਂ ਜਿਵੇਂ ਫਸਲਾਂ ਆਪਣੇ ਕਿਸਾਨਾਂ ਦੇ ਖੇਤਾਂ ਵਿੱਚ ਉਗਦੀਆਂ ਵੱਡੀਆਂ ਹੁੰਦੀਆਂ ਇਦਾਂ ਹੀ ਅਸੀਂ ਉਹਨਾਂ ਫਸਲਾਂ ਦੇ ਵਿੱਚ ਈ ਧੀਆਂ ਉਗੀਆਂ ਜੰਮੀਆਂ ਤੇ ਵੱਡੀਆਂ ਹੋਈਆਂ ਤੇ ਮੈਂ ਸਾਰੇ ਸੰਘਰਸ਼ ਦੇਖੇ ਨੇ ਮੈਂ ਉਹ ਮੈਂ ਉਹ ਸਾਰੇ ਵੇਲੇ ਦੇਖਿਆ ਮੈਂ ਉਹ ਸਮਾਂ ਦੇਖਿਆ ਜਦੋਂ ਸਾਡੇ ਬਜ਼ੁਰਗਾਂ ਨੇ ਜਿਹੜੀ ਜ਼ਮੀਨ ਕੰਡਿਆ ਸਰਕੰਡਿਆ ਵਾਲੀ ਜ਼ਮੀਨ ਸੀ ਉਸ ਨੂੰ ਕਿਸ ਤਰ੍ਹਾਂ ਦਿਨ ਰਾਤ ਮਿਹਨਤ ਕਰਕੇ ਹੱਥੀ ਕਰਕੇ ਉਦੋਂ ਕੋਈ ਮਸ਼ੀਨਰੀ ਨਹੀਂ ਸੀ ਤੇ ਸਾਡੇ ਬਜ਼ੁਰਗਾਂ ਨੇ ਕਿਸ ਤਰ੍ਹਾਂ ਹੱਥੀ ਬੜੇ ਸਖਤ ਕੰਮ ਕਰਕੇ ਮੇਰੇ ਮਦਰ ਦੀ ਮੈਂ ਇੱਕ ਗੱਲ ਸਾਂਝੀ ਕਰਨੀ ਚਾਹਾਂਗੀ ਕਿ ਉਸ ਵੇਲੇ ਕੰਡੇ ਸਰਕੰਡੇ ਹੁੰਦੇ ਸੀ ਤੇ ਉਹ ਕੰਡੇ ਸਰਕੰਡੇ ਕਈ ਵਾਰੀ ਕੰਮ ਕਰਦੇ ਆ ਅੱਖਾਂ ਤੱਕ ਵਿੱਚ ਵੀ ਲੱਗ ਜਾਂਦੇ ਸੀਗੇ ਪੈਰਾਂ 'ਚ ਤਾਂ ਲੱਗਦੇ ਹੀ ਸੀਗੇ ਤੇ ਮੇਰੇ ਮਦਰ ਨੂੰ ਕੰਡੇ ਕੱਢਣ ਦੀ ਉਹਨਾਂ ਕੋਲ ਕਲਾ ਸੀ ਤੇ ਸਾਡੇ ਘਰ ਕੋਈ ਨਾ ਕੋਈ ਤੁਰਿਆ ਰਹਿੰਦਾ ਸੀ ਕਿ ਭੈਣ ਮੇਰੇ ਅੱਖ ਚੋਂ گنڈਾ ਕੱਢ ਦਿਓ ਭੈਣ ਮੇਰਾ ਪੈਰ ਚੋਂ گنڈਾ ਕੱਢ ਦਿਓ ਮਤਲਬ ਕਿਸ ਤਰ੍ਹਾਂ ਕਿੰਨੇ ਸੰਘਰਸ਼ ਕਰਕੇ ਇਹ ਜ਼ਮੀਨ ਨੂੰ ਇੰਨਾ ਆਬਾਦ ਕੀਤਾ ਤੇ ਜਿਸ ਦੇ ਸਿਰ ਤੇ ਹਰੀ ਕ੍ਰਾਂਤੀ ਦੇ ਜਨਮਦਾਤਾ ਨੇ ਆਪਣੇ ਜਿਹੜੇ ਸੁਆਮੀ ਨਾਥਨ ਜੀ ਆ ਉਹਨਾਂ ਦੇ ਉਹਨਾਂ ਦੇ ਕਰਕੇ ਜਿਹੜੀ ਹਰੀ ਕ੍ਰਾਂਤੀ ਪੋਸੀਬਲ ਹੋਈ ਤੇ ਕਿਸਾਨਾਂ ਦੀ ਮਿਹਨਤ ਕਰਕੇ ਹਰੀ ਕ੍ਰਾਂਤੀ ਪੋਸੀਬਲ ਹੋਈ ਜਦੋਂ ਕਿ ਕਿਸਾਨ ਸਾਡੇ ਦੇਸ਼ ਵਿੱਚ ਕਰਨਕ ਦੀ ਟੋਟ ਹੋ ਰਹੀ ਸੀ ਅਮਰੀਕਾ ਤੋਂ ਮੈਕਸੀਕਨ ਕਣਕ ਆਉਂਦੀ ਸੀ ਸਾਨੂੰ ਪਤਾ ਹੈ ਕਿ ਉਹ ਲਾਲ ਕਣਕ ਹੁੰਦੀ ਸੀ ਤੇ ਉਹ ਕਣਕ ਦਾ ਟੋਟ ਸਾਡੇ ਕਿਸਾਨਾਂ ਨੇ ਸਖਤ ਮਿਹਨਤਾਂ ਕਰਕੇ ਤੇ ਉਹ ਕਣਕ ਦੇ ਭੰਡਾਰ ਜਿੱਥੇ ਆਪਣੇ ਦੇਸ਼ ਦੀ ਭੁੱਖ ਨੂੰ ਦੂਰ ਕੀਤਾ ਉੱਥੇ ਦੁਨੀਆ ਦੇ ਵਿੱਚ ਵੀ ਇਹ ਅੰਨਦਾਤਾ ਦੇ ਤੌਰ ਤੇ ਆਪਣੇ ਦੇਸ਼ ਦੇ ਵਿੱਚ ਵੀ ਦੁਨੀਆ ਦੀ ਭੁੱਖ ਨੂੰ ਵੀ ਉਹਨਾਂ ਨੇ ਦੂਰ ਕੀਤਾ ਤੇ ਅੱਜ ਉਹਨਾਂ ਨੂੰ ਇਹ ਦਿਨ ਦੇਖਣੇ ਪਏ ਨੇ ਮੇਰੇ ਖਿਆਲ ਚ ਇਹ ਬਹੁਤ ਵੱਡੀ ਮਨਪਾਕੀ ਗੱਲ ਹੈ 6 13 ਤਰੀਕ ਦਾ ਮੰਜ਼ਰ ਤੁਸੀਂ ਦੇਖਿਆ ਹੋਊਗਾ ਟੀਵੀ ਮਾਧਿਅਮ ਰਹੀ ਸੋਸ਼ਲ ਮੀਡੀਆ ਮਾਧਿਅਮ ਅਸੀਂ ਇੱਥੇ ਬੜਾ ਕੁਝ ਵੇਖਿਆ ਜੋ ਵਰਤਾਰਾ ਹੋਇਆ ਖਨੋਰੀ ਹੋਵੇ ਜਾਂ ਸ਼ੰਭੂ ਤਕਰੀਬਨ ਹੀ ਦੋਵੇਂ ਪਾਸੇ ਅਗਲੇ ਪਾਸੇ ਸਰਕਾਰ ਵੱਲੋਂ ਜੋ ਜਲ ਜ਼ਬਰ ਕੀਤਾ ਗਿਆ ਅਥਰੂ ਗੈਸ ਦੇ ਗੋਲੇ ਛੱਡੇ ਗਏ ਪਲਾਸਟਿਕ ਦੀਆਂ ਗੋਲੀਆਂ ਸੀ ਇੱਥੇ ਕਿਸਾਨ ਨੌਜਵਾਨ ਥੋੜੇ ਅੱਗੇ ਵੱਧੇ ਆ ਉਹਨਾਂ ਨੂੰ ਜ਼ਬਰਦਸਤ ਸਕਾਰ ਹੋਣਾ ਅਸੀਂ 9:30 ਵਜੇ ਕਰੋ ਚਾਲ ਪਈ ਸੀ 13 ਤਰੀਕ ਨੂੰ ਤੇ ਅਸੀਂ ਇੱਥੇ ਹੀ ਸੀ ਜਦੋਂ ਪਹਿਲਾ ਗੋਲਾ ਲਗਭਗ 11:30 ਪੌਣੇ 12 ਦਾ ਸਮਾਂ ਸੀ ਅਸੀਂ ਥੋੜਾ ਜਿਹਾ ਅੱਗੇ ਹੋਏ ਅਸੀਂ ਜਦੋਂ ਸਾਡੇ ਇਹ ਬੱਚੇ ਜਿਹੜੇ ਸੀਗੇ ਅਸੀਂ ਬਿਲਕੁਲ ਬਾਰਡਰ ਤੇ ਸੀਗੇ ਬੱਚੇ ਥੋੜਾ ਜਿਹਾ ਅੱਗੇ ਹੋਂ ਦੀ ਕੋਸ਼ਿਸ਼ ਕੀਤੀ ਤੇ ਉਥਰੋਂ ਅਥਰੋ ਗੈਸ ਦਾ ਗੋਲਾ ਆਂ ਦਾ ਗਿਆ ਗਿਆ ਫਿਰ ਲਗਾਤਾਰ ਇਹ سلسلہ ਚੱਲਦਾ ਰਿਹਾ ਜਿਹੜਾ ਕਿ ਬਹੁਤ ਹੀ ਮੰਦਪ ਆ ਗਿਆ ਮੈਂ ਪੜ ਰਹੀ ਸੀ ਇਹ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਫੋਰਸ ਜਿਹੜੀ ਹਰਿਆਣਾ ਪੁਲਿਸ ਫੋਰਸ ਹਰਿਆਣਾ ਪ੍ਰਸ਼ਾਸਨ ਜਿਸ ਨੂੰ ਆਰਡਰ ਕਰਕੇ ਇਹ ਅਥਰੋ ਗੈਸ ਦੇ ਗੋਲੇ ਛੱਡ ਰਿਹਾ ਹੈ ਇਹ ਸਭ ਤੋਂ ਪਹਿਲਾ ਕੰਮ ਹੈ ਆਪਣੇ ਦੇਸ਼ ਵਿੱਚ ਪਹਿਲੀ ਪੁਲਿਸ ਫੋਰ ਹੈ ਜਿਹੜੀ ਡਰੋਨਾਂ ਰਾਹੀਂ ਅਰਥਰੋ ਗੈਸ ਦੇ ਗੋਲਿਆਂ ਦਾ ਪ੍ਰਯੋਗ ਕਰੀਏ ਇੱਕ ਹੱਕ ਤੇ ਸੱਜੇ ਲੜਾਈ ਲੜ ਰਹੇ ਕਿਸਾਨਾਂ ਨੂੰ ਸਿਰਫ ਸ਼ਾਂਤਮਈ ਅੱਗੇ ਜਾਣ ਤੋਂ ਰੋਕਣ ਵਾਸਤੇ ਇਨੀ ਸਖਤ ਇਨੀ ਘਨੌਣੀ ਜਿਹੜੀ ਕਰ ਰਹੀ ਆ ਇਹ ਪਹਿਲੀ ਵਾਰ ਡਰੋਨਾ ਡਰੋਨਾਂ ਰਾਹੀਂ ਪ੍ਰਯੋਗ ਕਰਕੇ ਇਹਨਾਂ ਨੂੰ ਖਦੇੜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਅਸੀਂ ਆਪਣੀ ਅੱਖੀਂ ਵੇਖਿਆ ਤੇ ਬਹੁਤ ਮੰਗ ਭਾਗ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਹੁਣ ਕੀ ਵੇਖਦੇ ਹਾਂ ਕੱਲ ਦੀ ਫਿਰ ਕਾਲ ਦਿੱਤੀ ਗਈ ਤੇ ਅੱਜ ਵੀ ਤੁਸੀਂ ਉੱਥੇ ਸੀ ਮੈਂ ਦੇਖ ਰਿਹਾ ਸੀ ਕਿ ਇੱਕ ਪਾਸਿਓ ਇੱਕ ਨਾ ਪੋਕਲਾਈਨ ਮਸ਼ੀਨ ਕਿਹਾ ਜਾਂਦਾ ਉਹਨੂੰ ਉਹਦੇ ਟਾਇਰ ਵੀ ਲੋਹੇ ਦੇ ਆ ਜਦੋਂ ਚੇਨ ਚੱਲਦੀ ਹੈ ਨਾ ਤੇ ਉਹਦੇ ਚਾਰਜ ਫਿਰ ਬਖਤਰਬੰਦ ਬਣਾਇਆ ਹੋਇਆ ਤੇ ਮੈਂ ਉਸ ਚੀਜ਼ ਨੂੰ ਉੱਥੇ ਯਾਦ ਵੀ ਕੀਤਾ ਸੀ ਤੇ ਕੈਮਰੇਜ ਕਿਹਾ ਸੀ ਮੈਂ 80 ਤੋਂ 90 ਤੱਕ ਆਇਆ ਸੀ ਜਦੋਂ ਖੜਕੂਵਾਦ ਦਾ ਸੀ ਉਦੋਂ ਬਖਤਰਬੰਦ ਗੱਡੀਆਂ ਬਣਾਈਆਂ ਜਾਂਦੀਆਂ ਸੀ ਹਨਾ ਲੋਕਾਂ ਦੇ ਕਮਾਲ ਬਾਅਦ ਹਤੇ ਜਾਂਦੀ ਸੀ ਉਹ ਨੌਜਵਾਨਾਂ ਨੂੰ ਪੜਨ ਵਾਸਤੇ ਤੇ ਅੱਜ ਵੀ ਉਸੇ ਤਰ੍ਹਾਂ ਫਿਰ ਨੌਜਵਾਨ ਕਹਿੰਦੇ ਅਸੀਂ ਆਪਣੀ ਤਿਆਰੀ ਕਰਕੇ ਆਏ ਹੋਏ ਆ ਕਹਿੰਦੇ ਉਦੋਂ ਗੋਲੀਆਂ ਵੱਜੀਆਂ ਸੀ ਅੱਜ ਗੋਲੀ ਗਾਲੀ ਅਸਰ ਨਹੀਂ ਕਰੋਗੀ ਉਹ ਮਸ਼ੀਨ ਤੇ ਚ ਇਹ ਦੇਖੋ ਜਜ਼ਬਾ ਇਹ ਜਜ਼ਬਾ ਇਹ ਹੱਕ ਸੱਚ ਦੀ ਲੜਾਈ ਦੇ ਵਿੱਚੋਂ ਨਿਕਲਿਆ ਜਜ਼ਬਾ ਹੈ ਬਾਕੀ ਇਹ ਜਿਹੜੀ ਨੌਜਵਾਨੀ ਹੈ ਇਹਨਾਂ ਦਾ ਖੂਨ ਆ ਗਰਮ ਖੂਨ ਹੈ ਔਰ ਬਾਕੀ ਮੈਂ ਇਹਨਾਂ ਦੇ ਜਜ਼ਬੇ ਨੂੰ ਤੇ ਇਹਨਾਂ ਦੀ ਤਕਨੀਕ ਨੂੰ ਵੀ ਸਲਾਮ ਕਰਦੀ ਆਂ ਜਿਸ ਤਰ੍ਹਾਂ ਡਰੋਨ ਨੂੰ ਪਤੰਗ ਨਾਲ ਸੌਟਿਆ ਗਿਆ ਨਾ ਤੇ ਇਹ ਜਿਸ ਤਰ੍ਹਾਂ ਹੁਣ ਅਸੀਂ ਦੇਖ ਕੇ ਆਈਆਂ ਸਾਰੀਆਂ ਜੇਸਬੀ ਮਸ਼ੀਨਾਂ ਚਾਹੇ ਨੇ ਕਰਾ ਨੇ ਚਾਹੇ ਦੂਸਰੀਆਂ ਮਸ਼ੀਨਾਂ ਨੇ ਇਹ ਵੀ ਮੈਨੂੰ ਲੱਗਦਾ ਕਿ ਇਹ ਸਾਡੇ ਨੌਜਵਾਨਾਂ ਦੇ ਦਿਮਾਗ ਹੀ ਨੇ ਜਿਹੜੇ ਇਹਦੇ ਪਿੱਛੇ ਕੰਮ ਕੀਤੇ ਨੇ ਤੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੀਆਂ ਵਾਹਿਗੁਰੂ ਕਰੇ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਕਿਸਾਨ ਨੇ ਆਪਣੇ ਹੱਕੀ ਮੰਗਾਂ ਦੇ ਲਈ ਅੱਗੇ ਵੀ ਜਾਣ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹ ਟੋਟਲੀ ਸੇਫ ਰਹਿਣੇ ਚਾਹੀਦੇ ਕੱਲ ਦੀ ਅੱਗੇ ਵਧਣ ਦੀ ਪ੍ਰਕਿਰਿਆ ਨੂੰ ਕਿਵੇਂ ਵੇਖਦੇ ਹੋ ਹੁਣੇ ਕਿਸਾਨ ਆਗੂ ਸਾਹਿਬਾਨ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਅੱਗੇ ਵਧਾਂਗੇ ਪਰ ਪਹਿਲੋਂ ਅਸੀਂ ਅਗਲੇ ਪਾਸੇ ਹੋਵਾਂਗੇ ਨੌਜਵਾਨ ਪਿੱਛੇ ਹੋਣਗੇ ਜੇ ਅਗਲੇ ਪਾਸੇ ਗੋਲੀ ਵੱਜਦੀ ਕਹਿੰਦੇ ਇਹ ਕੰਮ ਸਾਡੀਆਂ ਅੱਗੇ ਹੋਣਗੇ ਇਹ ਤਾਂ ਦੇਖੋ ਕਿਸਾਨੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਆਪ ਚ ਜਦ ਤੱਕ ਉਹਨੂੰ ਉਹਨੂੰ ਲੋਕਾਂ ਦਾ ਸਮਰਥਨ ਨਹੀਂ ਹੁੰਦਾ ਨੌਜਵਾਨੀਆਂ ਦਾ ਨੌਜਵਾਨ ਬੱਚਿਆਂ ਦਾ ਸਮਰਥਨ ਨਹੀਂ ਮਿਲਦਾ ਤੇ ਕਿਸਾਨੀ ਲੀਡਰਸ਼ਿਪ ਜੇ ਵੱਡੀ ਹੈ ਜੇ ਉਹਨਾਂ ਦਾ ਜज्ਬਾ ਉਹਨਾਂ ਦਾ ਜज्ਬਾ ਇਹ ਹੋਏਗਾ ਤਾਂ ਹੀ ਇਹ ਸਾਡੇ ਨੌਜਵਾਨਾਂ ਦਾ ਤੇ ਸਾਡੇ ਸਾਰਿਆਂ ਦਾ ਜज्ਬਾ ਜਿਹੜਾ ਹੋਰ ਪਰਫੁੱਲਤ ਹੋਏਗਾ ਤੇ ਮੇਰੇ ਖਿਆਲ ਚ ਜਾਣਗੇ ਤੇ ਸਮਾਤ ਬਖਸ਼ੇ ਮੈਂਗਨੀਆਂ ਸਾਡੇ ਹਰਿਆਣਾ ਪ੍ਰਸ਼ਾਸਨ ਨੂੰ ਆਰਡਰ ਤੇ ਚਾਹੀਏ ਸੈਂਟਰ ਦੇ ਕਿ ਉਹ ਇਹਨਾਂ ਦੇ ਜਨਮਾਲ ਦੀ ਰਾਖੀ ਕਰਦਾ ਹੋਇਆ ਰਸਤੇ ਨਾ ਰੋਕੇ ਸ਼ਾਂਤਮਈ ਕਰਨਾ ਇਹਨਾਂ ਨੇ ਕੋਈ ਇਹਨਾਂ ਨੇ ਅਸ਼ਾਂਤੀ ਤਾਂ ਕਦੀ ਵੀ ਨਾ ਪਹਿਲੇ ਕੋਲ ਚ ਹੋਈ ਸੀ ਨਾ ਹੁਣ ਹੋਊਗੀ ਸ਼ਾਂਤਮਈ ਕਰਨਾ ਮੈਂ ਕਹਾਂਗੀ ਮੈਂ ਅਪੀਲ ਕਰਦੀ ਆ ਕਿ ਹਰਿਆਣਾ ਸਰਕਾਰ ਨੂੰ ਵੀ ਮੋਦੀ ਸਰਕਾਰ ਨੂੰ ਵੀ ਕਿ ਇਹਨਾਂ ਨੂੰ ਸ਼ਾਂਤਮਈ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਜਾਨ ਦਿੱਤਾ ਜਾਏ ਕਿਉਂਕਿ ਅਸੀਂ ਦੇਸ਼ ਦੇ ਨਾਗਰਿਕ ਆ ਇਹ ਸਾਡੇ ਦੇਸ਼ ਦੇ ਅੰਦਰ ਆਤਾ ਨੇ ਕੋਈ ਬਾਹਰੋਂ ਆਈ ਫੋਰਸ ਨਹੀਂ ਹੈ ਤੇ ਇਹਨਾਂ ਨੂੰ ਜਾਨ ਦਿੱਤਾ ਜਾਏ ਇਹਨਾਂ ਨੇ ਆਪਣੀਆਂ ਮੰਗਾਂ ਦੇ ਲਈ ਜਿਹੜਾ ਲੋਕਤੰਤਰ ਦਿੰਦਾ ਅਧਿਕਾਰ ਉਸ ਨੂੰ ਨਾਮ ਪੂਰਾ ਉਸ ਤੋਂ ਪਰ ਪੂਰਾ ਉਤਰ ਕੇ ਨਨ ਬੈਠ ਕੇ ਬੈਠ ਕੇ ਆਪਣੇ ਮੰਗਦੇ ਹੱਕ ਵਿੱਚ ਸੰਘਰਸ਼ ਕਰਨ ਦਿੱਤਾ ਜਾਏ ਸਤਾਰਾ ਮਰਜੀਤ ਸਿੰਘ ਜੀ ਤੁਸੀਂ ਵੀ ਦੇਖ ਕੇ ਆਏ ਅਗਲੇ ਪਾਸੇ ਫਿਰ ਸਾਰਾ ਕੁਝ ਬਿਲਕੁਲ ਦੇਖਿਆ ਸਾਰਾ ਕੁਝ ਅੱਗੇ ਜੋ ਹੋ ਰਿਹਾ ਇਹ ਬੜਾ ਜੋ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਾਂ ਹਰਿਆਣਾ ਸਰਕਾਰ ਵੱਲੋਂ ਮੋਦੀ ਸਰਕਾਰ ਦੇ ਕਹਿੰਦੇ ਜੋ ਕੀਤਾ ਜਿਹੜਾ ਬੜਾ ਮੰਦ ਭਾਗਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਸਾਡਾ ਜਮਹੂਰੀ ਹੱਕ ਹੈ ਅਸੀਂ ਆਪਣਾ ਸ਼ਾਂਤਮਈ ਅੰਦੋਲਨ ਕਿਤੇ ਵੀ ਕਰ ਸਕਦੇ ਹਾਂ ਜੇ ਅਸੀਂ ਤਾਂ ਹਰਿਆਣੇ ਦੇ ਵਿੱਚੋਂ ਸਿਰਫ ਲੰਘਣਾ ਸੀ ਹਰਿਆਣੇ 'ਚ ਅੰਦੋਲਨ ਕਰਨਾ ਨਹੀਂ ਸੀ ਹੈ ਉੱਥੇ ਜਾ ਕੇ ਜੰਤਰ ਮੰਤਰ ਦੇ ਉੱਤੇ ਜਾਣਾ ਸੀ ਉੱਥੇ ਬੈਠ ਕੇ ਇੱਕ ਜਾਂ ਦੋ ਦਿਨ ਜੇ ਗੱਲਬਾਤ ਹੁੰਦੀ ਤਾਂ ਸਾਰੇ ਕਿਸਾਨਾਂ ਨੇ ਵਾਪਸ ਆ ਜਾਣਾ ਸੀ ਇਹ ਸਿਰੇ ਚੜ ਜਾਂਦੀ ਤੇ ਜੇ ਉੱਥੇ ਲਗਾਤਾਰ ਵੀ ਬੈਠਣਾ ਪੈਂਦਾ ਤਾਂ ਵੀ ਉੱਥੇ ਜਾ ਕੇ ਆਪਣੀ ਜਾਇਜ਼ ਮੰਗਾਂ ਵਾਸਤੇ ਸ਼ਾਂਤਮਈ ਪ੍ਰਦਰਸ਼ਨ ਹੀ ਕਰਨਾ ਸੀ ਉਰਤੇ ਕੁਝ ਨਹੀਂ ਸੀ ਕਰਨਾ ਉਦੋਂ ਤੇ ਇਹਨਾਂ ਨੇ ਜੋ ਕੁਝ ਕੀਤਾ ਜੋ ਬੈਰੀਗੇਡਿੰਗ ਜਾਂ ਜੋ ਕੀਤੀ ਹੈ ਬੜੀ ਮੰਦ ਭਾਗੀ ਹੈ ਨਹੀਂ ਹੋਣੀ ਚਾਹੀਦੀ ਸੀ ਇਹ ਤਾਂ ਅਕਾਲ ਤਿਆਂ ਤੁਸੀਂ ਕਾਮਨਾਵਾਂ ਕੀਤੀਆਂ ਦੂਜੇ ਪਾਸੇ ਕਿ ਸਰਕਾਰ ਨੂੰ ਸਮੱਤ ਬਖਸ਼ੇ ਤੇ ਕਿਸਾਨ ਲੀਡਰ ਤੇ ਕੱਲ ਇਹੋ ਦਾ ਕਹਿ ਦਿੱਤਾ ਕਹਿੰਦੇ ਕਿ ਸ਼ਾਂਤਮਈ ਪ੍ਰੋਟੈਸਟ ਸਾਡਾ ਤੇ ਅਸੀਂ ਸ਼ਾਂਤਮਈ ਪੜਾਂਗੇ ਅਗਲੇ ਪਾਸਿਓਂ ਕੋਈ ਇਹੋ ਜੀ ਗੱਲਬਾਤ ਨਾ ਹੋਵੇ ਆਸਤੇ ਹੋਈ ਰੱਖਦੇ ਅਸੀਂ ਵੀ ਅਕਾਲ ਚਲਣ ਦੀ ਕਾਮਨਾ ਕਰਦਾ ਫਿਰ ਵੀ ਕਿਵੇਂ ਵੇਖਦੇ ਹੋ ਨੌਜਵਾਨੀ ਦਾ ਹਾਰੜ ਆਇਆ ਇਸ ਟਾਈਮ ਦੇ ਉੱਤੇ ਆ ਪਿੱਛੇ ਵੇਖੋ ਕਿੰਦਾਂ ਆਵਾਜ਼ਾਂ ਆ ਰਹੀਆਂ ਨੌਜਵਾਨੀ ਚ ਪੂਰਾ ਜੋਸ਼ ਅ ਜਜ਼ਬਾ ਕਿਉਂਕਿ 2020 ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਲੜਿਆ ਗਿਆ ਸੀ ਉਹਦੇ ਮੋਰੀ ਵੀ ਨੌਜਵਾਨ ਪੀੜੀ ਸੀ ਅੱਜ ਵੀ ਨੌਜਵਾਨ ਪੀੜੀ ਮੋਰੀ ਨੌਜਵਾਨੀ ਮੂਰੇ ਆ ਮੂਰੇ ਹੀ ਰਹੇਗੀ ਪਰ ਮੈਂ ਇੱਕ ਜਿੱਥੇ ਪ੍ਰਸ਼ਾਸਨ ਨੂੰ ਅਪੀਲ ਕਰਦੀ ਆ ਉੱਥੇ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦੀ ਆ ਕਿ ਉਹ ਜਾਗ ਤੇ ਚ ਰਹਿਣ ਉਹ ਅੱਗੇ ਵਦਨ ਵਾਦੇ ਹੋਏ ਵੀ ਆਪਣੇ ਲੀਡਰਸ਼ਿਪ ਦੀ ਜਾਂ ਜੋ ਹਦਾਇਤਾਂ ਹੋਣਗੀਆਂ ਉਸ ਨੂੰ ਫੋਲੋ ਕਰਨ ਔਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਬਿਲਕੁਲ ਹੀ ਸਰਦਾਰ ਅਮਰਜੀਤ ਸਿੰਘ ਸਾਡੇ ਨਾਲ ਸੀ ਤੇ ਪੰਜੀ ਰਾਜਵੰਦ ਕੋ ਰਾਜ ਨਾਲ ਨਾਲੋਂ ਕਹਿੰਦੀ ਕਲਮ ਸਾਡੀ ਜਿਹੜੀ ਹੈ ਨਾ ਉਹ ਸੇਹ ਦੇਣ ਵਾਸਤੇ ਚੱਲਦੀ ਆ ਤੇ ਇੱਕ ਅਕਾਲਪੁਰਖ ਪਰਮਾਤਮਾ ਅਗੇ ਬੇਨਤੀ ਵੀ ਕੀਤੀ ਕਿ ਕੱਲ ਤੱਕ ਪਹਿਲੀ ਗੱਲ ਤੇ ਮਸਲਾ ਹੱਲ ਹੋ ਜੇ ਤੇ ਦੂਜੇ ਪਾਸੇ ਜੇ ਮਸਲਾ ਹੱਲ ਨਹੀਂ ਹੁੰਦਾ ਚਲੋ ਤੇ ਜੇ ਕਿਸਾਨ ਦੇਸ਼ ਦਾ ਲੋਕਤੰਤਰ ਰਾਜ ਆ ਤੇ ਕਿਸਾਨ ਨੂੰ ਅੱਗੇ ਵਧ ਦਿੱਤਾ ਜਾਵੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਇਹਨਾਂ ਨੇ ਕਿ ਬੈਰੀਗੇਟਿੰਗ ਜਿਹੜੀ ਹੈਗੀ ਆ ਤੁਸੀਂ ਆਪਣੇ ਕਿਸਾਨਾਂ ਵਾਸਤੇ ਲਾਈ ਆ ਲੰਘ ਜਾਣ ਦੋ ਇਹਨਾਂ ਨੂੰ ਜੰਤਰ ਮੰਡਰ ਤੇ ਬੈਠਣ ਗਏ ਜਾਂ ਦਿੱਲੀ ਦੇ ਜਾ ਕੇ ਬੈਠਦੇ ਆ ਤੇ ਆਪਣੀਆਂ ਮੰਗਾਂ ਵਾਸਤੇ ਤੇ ਜੇ ਕੱਲ ਤੱਕ ਮੰਗਾ ਪ੍ਰਵਾਨ ਹੋ ਜਾਂਦੀਆਂ ਕਿਉਂਕਿ ਸਮਾਂ ਬੜਾ ਥੋੜਾ ਜਿਹਾ ਰਹਿ ਗਿਆ ਅੱਜ ਸ਼ਾਮ ਪੈ ਚੁੱਕੀ ਹੈ 20 ਤਰੀਕ ਦੀ ਤੇ 21 ਤਰੀਕ ਨੂੰ ਦਿਨ ਚੜ੍ਹਦਿਆਂ 11 ਵਜੇ ਦਾ ਸਮਾਂ ਹੋਣਾ ਵਾ ਜਦੋਂ ਅਗਲੇ ਪਾਸੇ ਕੂਚ ਕਰਨਾ ਵਾ ਰਣਨੀਤੀ ਤੇ ਸਰਕਾਰ ਨੇ ਵੀ ਖੜੀ ਹੋਈ ਹੈ ਉਹਦੋਂ ਦੀ ਆਪਾਂ ਤਸਵੀਰਾਂ ਵੇਖ ਰਹੇ ਆਂ ਪਰ ਇੱਕ ਰਣਨੀਤੀ ਜਿਹੜੀ ਕਿਸਾਨ ਆਗੂਆਂ ਨੇ ਖੜੀ ਹੋਈ ਹੈ ਜਿਹੜੀ ਨੌਜਵਾਨੀ ਨੇ ਖੜੀ ਹੈ ਨਾ ਉਹਦੀ ਇੱਕ ਵਲੱਖਣ ਤਸਵੀਰਾਂ ਵਾ ਜਿਹੜੀਆਂ ਹੁਣੇ ਦੱਸਿਆ ਜਾਂਦਾ ਸੀ ਕਿ ਟਰੈਕਟਰ ਆ ਗਏ ਆ ਪੱਖੇ ਲੱਗੇ ਹੋਏ ਅਗਲੇ ਪਾਸੇ ਅਗਲੇ ਪਾਸੇ ਕਰਾ ਪਾ ਕੇ ਉਥੇ ਪਹੁੰਚ ਚੁੱਕੇ ਆ ਜੀਸੀਪੀ ਮਸ਼ੀਨਾ ਪੋਕਲਾਈਨ ਵੱਡੀਆਂ ਮਸ਼ੀਨਾ ਜਿਨ੍ਹਾਂ ਤੇ ਨੌਜਵਾਨ ਕਹਿੰਦੇ ਕਿ ਗੋਲੀ ਗਾਲੀ ਦਾ ਅਸਰ ਨਹੀਂ ਹੋਣਾ ਇਹ ਤੱਕ ਹੰਝੂ ਗੈਸ ਵੀ ਛੱਡੋਗੇ ਹੁਣ ਉਹਨਾਂ ਦਾ ਅਸਰ ਵੀ ਨਹੀਂ ਹੋਣਾ ਸਾਡੇ ਉੱਤੇ ਅਸੀਂ ਇੱਕ ਹੀ ਵਧਾਂਗੇ ਜਜ਼ਬਾ ਵਾ ਇਹ ਜਦ ਮੈਨੂੰ ਸਲਾਮ ਵੀ ਆ ਤੇ ਦੂਜੇ ਪਾਸੇ ਨੌਜਵਾਨ ਨੇ ਇੱਕ ਜ਼ਰੂਰਤ ਗੱਲ ਰੱਖੀ ਸੀ ਕਿ ਜਾਬਤੇ ਦੇ ਵਿੱਚ ਅਸੀਂ ਕਿ ਜੇ ਕਿਸਾਨ ਆਗੂ ਸਹਿਬਾਨ ਸਾਨੂੰ ਅੱਗੇ ਵਧਣ ਵਾਸਤੇ ਕਹਿਣਗੇ ਤੇ ਅਸੀਂ ਰੋਕਾਂ ਤੋੜ ਦਾਂਗੇ ਪਰ ਦੇਖਦੇ ਆ ਹਰਿਆਣਾ ਪ੍ਰਸ਼ਾਸਨ ਹੋਵੇ ਜਾਂ ਦਿੱਲੀ ਸਰਕਾਰ ਕਿਹੜੇ ਪਾਸੇ ਜਾਂਦੀ ਆ ਕਿਉਂਕਿ ਕੇਂਦਰ ਦੀ ਤੇ ਹਰਿਆਣੇ ਦੀ ਜੋ ਡਾਂਡ-ਸਾਂਡ ਚੱਲ ਰਹੀ ਆ ਜੋ ਕੁਝ ਵਰਤਾਰਾ ਵਾਪਰ ਰਿਹਾ ਉਹਦੇ ਵਿੱਚ ਪਿਸਰਿਆ ਵਾ ਆਮ ਨੌਜਵਾਨ ਆਮ ਕਿਸਾਨ ਤੇ ਜੇ ਕੱਲ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਕਿਸਾਨਾਂ ਤੇ ਕੀ ਰਣਨੀਤੀ ਹੋਊਗੀ 11 ਵਜੇ ਦਾ ਸਮਾਂ ਵਾ ਪਰ ਉਹਦੇ ਦੇ ਪਾਸੇ ਸਰਕਾਰ ਵੱਲੋਂ ਕਿਹੜੀ ਘੜੀ ਹੋਈ ਰਣਨੀਤੀ ਆ ਜਿਹੜੀ ਅੱਗੇ ਲੈ ਕੇ ਆਉਂਦੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਅਸੀਂ ਵੀ ਕਾਮਨਾ ਕਰਦੇ ਆ ਕਿ ਸੇਰ ਵਾਲਾ ਸਮਾਂ ਜਿਹੜਾ ਵਾ ਉਹ ਵੀ ਉਸੇ ਤਰ੍ਹਾਂ ਲੰਘ ਜਾ ਤੇ ਸਰਕਾਰ ਨੋ ਜਿਵੇਂ ਪੰਜੀ ਰਾਜਵੰਤ ਕੌਰ ਨੇ ਵੀ ਕਿਹਾ ਕਿ ਸਰਕਾਰ ਨੂੰ ਗੁਰੂ ਸਾਹਿਬ ਸਮੱਤ ਬਖਸ਼ਣ ਤੇ ਹੋ ਸਕੇ ਜੇ ਅਜੇ ਵੀ ਇੱਕ ਰਾਤ ਪੂਰੀ ਆ ਸਾਡੇ ਕੋ ਤੇ ਕੁਝ ਘੰਟੇ ਦੇਣ ਦਾ ਵੀ ਸਮਾਂ ਵਾ ਜੇ ਇਹ ਮਸਲਾ ਗੱਲਬਾਤ ਰਾਹੀਂ ਹੱਲ ਹੋ ਜੇ